ਮਾਮਲਾ ਸਾਬਕਾ ਅਕਾਲੀ ਦਲ ਦੇ ਸਰਪੰਚ ਢਿੱਲਵਾਂ ਦੇ ਕਤਲ ਦਾ। ਬਟਾਲਾ ਦੇ ਪਿੰਡ ਢਿੱਲਵਾਂ ਵਿੱਚ ਕਰੀਬ 20 ਦਿਨ ਪਹਿਲਾਂ ਅਕਾਲੀ ਦਲ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਦੋਸ਼ੀ ਅਜੇ ਤੱਕ ਪੁਲਿਸ ਦੀ ਹਿਰਾਸਤ ਤੋਂ ਬਾਹਰ ਹਨ, ਜਿਸ ਦੇ ਵਿਰੋਧ ਵਜੋਂ ਅੱਜ ਸ਼੍ਰੋਮਣੀ ਕਮੇਟੀ ਅਕਾਲੀ ਦਲ ਵੱਲੋਂ SSP ਦਫ਼ਤਰ ਬਟਾਲਾ ਦਾ ਘਿਰਾਓ ਕੀਤਾ ਗਿਆ ਹੈ। ਧਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਅਤੇ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ। ਜਗਜੀਤ ਸਿੰਘ ਅਤੇ ਹੀਰਾ ਲਾਲ ਦੀ ਖਾਸ ਰਿਪੋਰਟ, ਇੰਡੀਆ ਕ੍ਰਾਈਮ ਨਿਊਜ਼। ਪਰ ਮੇਰੀ ਗੱਲ ਯਾਦ ਰੱਖਣਾ, ਅੱਜ ਜਿਹੜੀ ਅਗਲੀ ਸਰਕਾਰ ਹੋਈ ਹੈ ਉਹਦਾ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਿਕਰਮ ਸਿੰਘ ਮਜੀ, ਅਕਾਲੀ ਦਲ ਦੇ ਸੀਨੀਅਰ ਲੀਡਰ, ਆਓ ਸਾਰੇ ਜਣੇ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ। ਸਾਰੀ ਸੰਗਤ ਨੂੰ ਬੇਨਤੀ ਹੈ, ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ, ਆਓ ਸਾਰੇ ਜਣੇ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ। ਅੱਜ 19 ਦਿਨ ਬੀਤ ਗਏ ਨੇ, ਲੇਕਿਨ ਜਿਹੜੀ ਪੁਲਿਸ ਹੈ ਇਹ ਸਿਰਫ ਤੇ ਸਿਰਫ ਇੱਕ ਖਾਨਾ ਪੂਰਤੀ ਕਰਨ ਵਾਸਤੇ ਇੱਕ ਮੁਜਰਮ ਫੜਿਆ ਹੈ, ਜਿਹੜੇ ਇਸ ਕਤਲ ਦੇ ਵਿੱਚ ਮੁੱਖ ਦੋਸ਼ੀ ਸੀਗੇ ਉਹਨਾਂ ਨੂੰ ਫੜਨ ਤੁਹਾਡੇ ਨਹੀਂ ਸਕਦਾ। 20 ਦਿਨ ਹੋ ਗਏ, 20 ਦਿਨ, ਔਰ 20 ਦਿਨ ਦੀ ਇਸ ਇਨਸਾਫ ਦੀ ਲੜਾਈ ਚ ਸਾਖ ਸਿੰਘ ਜੀ ਵੇਖੋ, ਪੁਲਿਸ ਦੀ ਇੰਨੀ ਵਧੀਆ ਕਾਰਗੁਜ਼ਾਰੀ ਕਿ ਜਿਹੜੀ ਸ਼ਬਦਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ। ਬਹਿ ਜਾਓ ਭਾਜੀ, ਬਹਿ ਜਾਓ, ਬਹਿ ਜਾਓ, ਫਿਰ ਮਹਿਸੂਸ ਕਰਦੇ, ਬਹਿ ਜਾਓ। ਸਭਾ ਨੂੰ ਗਲਤ ਕੰਮ ਨਾ ਕਰੋ, ਤੁਹਾਡਾ ਕੰਮ ਇਨਸਾਫ ਦੇਣਾ। ਆਪਾਂ ਸੋਚ ਪੈਂਦੇ ਹਾਂ ਕਿ ਹੁਣ ਪਤਾ ਨੀ ਅਸੀਂ ਸਾਨੂੰ ਕੁਛ ਨੀ ਹੱਥ ਪੈ ਸਕਦਾ। ਐਕੀ ਸਭ ਤੋਂ ਪਹਿਲੇ ਜਿਹਨਾਂ ਨੇ ਗੁਨਾਹ ਕੀਤਾ ਉਹਨਾਂ ਤੇ ਹੱਥ ਪਊਗਾ, ਉਹਨਾਂ ਤੋਂ ਇਨਸਾਫ ਦਿੱਤਾ ਜਾਊ। ਆਹ ਕੋਈ ਸਰਕਾਰ ਹੈ ਪੰਜਾਬ? ਹਰ ਰੋਜ਼ ਅਖਬਾਰ ਪੜ੍ਹ ਲਓ, ਅੱਜ ਕਿਤੇ ਗੋਲੀ ਇੱਥੇ ਚੱਲ ਪਈ, ਕਿ ਇੱਥੇ 2 ਮਾਰਤੇ, ਇੱਥੇ 3 ਮਾਰਤੇ। ਮੰਨ ਲਓ ਕਿ ਅੱਜ ਮੈਂ ਹੁਣੀ ਸਵੇਰੇ ਆਉਂਦਾ ਸੀ, ਆਮ ਆਦਮੀ ਪਾਰਟੀ ਦੀ MLA BP ਜਗਰਾਉਂ ਤੋਂ, ਮਾਨੂੰ ਕਿ BP ਹੈ, MLA ਆ, ਮੈਨੂੰ ਅਸੀਂ ਅੱਜ ਮੈਂ ਟੈਲੀਫੋਨ ਤੇ ਉਹਨੇ ਗੱਲ ਕੀਤੀ, ਉਹਦੇ ਨਾਲ ਕੀ ਹੋਇਆ, 4 ਲੋਕੀ MLA ਦੀ ਗੱਡੀ ਘੇਰ ਲਈ ਉਹਨਾਂ ਨੇ BP ਦੀ, ਤੇ MLA ਨੇ ਬਖਸ਼ਿਆ, MLA BP ਨੇ ਭਜਾ ਕੇ ਗੱਡੀ ਥਾਣੇ ਚ ਵਾੜੀ ਤਾਂ ਭਜੀ ਹੈ। ਉਹ ਸਾਰੇ ਸ਼ਰਾਬੀ ਸੀ, ਕੋਈ ਆਇਆ ਨੀ ਸੀ, ਕੋਈ MLA ਨਾਲ ਕੁਛ ਜਾਣਦੇ ਨੇ, ਸ਼ਰਾਬੀ ਪਏ ਸੀ, ਗੈਂਗ ਆਪ ਆਪਣੇ। ਹੁਣ ਤਾਂ ਦਹਿਸ਼ਤ ਇੰਨੀ ਹੈ ਕਿਉਂਕਿ ਉਹਨੂੰ ਪਤਾ ਹੈ ਆ ਜਿੰਨੇ ਗੈਂਗਸਟਰ ਹੈ, ਜਿੰਨੇ ਨਸ਼ੇ ਵਾਲੇ ਵਪਾਰੀ ਹੈ, ਸਾਰੇ ਕਾਂਗਰਸ ਦੇ MLA ਨੂੰ ਮਹੀਨਾ ਦਿੰਦੇ ਆ, ਆ ਮਹੀਨਾ ਬੰਨ ਲਿਆ ਇਹਨਾਂ ਨੇ, ਹੁਣ ਉਹਨਾਂ ਨੂੰ ਦਹਿਸ਼ਤ ਖਤਮ ਹੋ ਗਈ, ਉਸ ਦਾ ਡਰ ਹੀ ਨਹੀਂ ਹੈ ਮਹੀਨਾ, ਕਿਉਂਕਿ MLA ਨੂੰ ਦੇ ਤਾ ਸੁੱਖੀ ਵਰਗੇ ਮੰਤਰੀ ਲਈ ਜਾਂਦੇ ਆ, ਤੇ ਹੁਣ ਇਹਨਾਂ ਨੂੰ ਮੌਜ ਬਣੀ ਹੈ
ਕੋਈ ਡਰ ਨਹੀਂ ਪੁਲਿਸ ਦਾ, ਹੁਣ ਪਤਾ ਕਿ ਪੁਲਿਸ ਤਾਂ ਸਾਡੇ ਨਾਲ ਹੈ। ਅੱਜ ਐਮ ਐਲ ਏ ਨੂੰ ਘੇਰਾ ਪਾਈ ਜਾਂਦੇ ਆ ਕਿਉਂਕਿ ਉਹਨੂੰ ਡਰ ਨਹੀਂ ਹੈ, ਆਮ ਜਨਤਾ ਦਾ ਕੀ ਹੋਊਗਾ? ਤੁਸੀਂ ਦੇਖ ਲਓ ਜਿਵੇਂ ਹੁਣੀ ਦੱਸ ਰਹੇ ਸੀ ਬੰਬ ਧੜਕਾਉਣ ਚ ਇੱਥੇ 23 ਬੰਦੇ ਮਰੇ, 24 ਤੇ ਖੁਰਦਪੁਰ ਕਰਤਾ ਐਸੇ ਐਸ ਐਸ ਪੀ ਨੇ, ਐਸੇ ਐਸ ਐਸ ਪੀ ਨੇ। ਇਹਦਾ ਮਤਲਬ ਜਿਨ੍ਹਾਂ ਨੇ ਬੰਬ ਕੀਤਾ ਇਹਦੇ ਵਿੱਚ ਉਹਨਾਂ ਦਾ ਹੱਥ ਹੈ, ਮਤਲਬ ਐਸ ਐਸ ਪੀ ਦਾ ਵੀ ਹੱਥ ਹੈ। ਕਿਉਂਕਿ ਖੁਰਦਪੁਰਦ ਕਰਨਾ ਮਤਲਬ ਹੈ ਕਿ ਉਹਦੀ ਮਦਦ ਕਰਨਾ, ਮਦਦ ਕਰਦਾ ਮਤਲਬ ਹੈ ਤੁਸੀਂ ਆ ਭਾਈਵਾਲ। ਮੈਨੂੰ ਹੁਣੀ ਹੁਣੀ ਦੱਸ ਰਹੇ ਸੀ ਟੈਲੀਫੋਨ ਦੇ, ਹੁਣੀ ਖਬਰ ਆਈ ਜੇਤੋ ਆਪਣੇ ਕਿਸਾਨ ਐਸ ਡੀ ਐਮ ਦੇ ਸਾਹਮਣੇ ਧਰਨਾ ਦੇ ਰਹੇ ਸੀ, ਝੂਠਾ ਕੇਸ ਉਹਨਾਂ ਦੇ ਪਾ ਦੇ ਸੀ ਪਰ ਝੂਠਾ ਕੇਸ ਉਹਨਾਂ ਨੇ ਰੱਦ ਨਹੀਂ ਕੀਤਾ, ਉਹਨੇ ਆਤਮ ਹੱਤਿਆ ਕਰ ਦਿੱਤੀ ਹੁਣੀ ਕੋਈ 2 ਘੰਟੇ ਪਹਿਲਾਂ। ਤੇ ਮੁੱਖ ਮੰਤਰੀ ਨੂੰ ਕੋਈ ਪਰਵਾਹ ਤੇ ਫਿਕਰ ਹੀ ਨਹੀਂ, ਤੁਸੀਂ ਜਿਉਂਦੇ ਹੋ ਮਰਦੇ ਹੋ ਕੋਈ ਪਰਵਾਹ ਨਹੀਂ, ਉਹਨੇ ਤਾਂ 6 ਵਜੇ ਦਾਰੂ ਪੀ ਕੇ ਡੱਕ ਲੈਣਾ, ਡੱਕਾ ਪਏ ਹੋਇਆ ਕੋਈ ਸਰਕਾਰ ਹੈ? ਲੁੱਟ ਕੋਲ ਨਸ਼ਾ ਵੱਧ ਗਿਆ, ਰੇਤਾ ਮਾਫੀਆ ਚੱਲੀ ਜਾਂਦਾ, ਸਾਰਾ ਜੋ ਕੰਮ ਇਲੀਗਲ ਹੁਣ ਮੈਨੂੰ ਲੱਗਦਾ ਇਹ ਜਿਹਾ ਰਿਕਾਰਡ ਕਿਤੇ ਕਾਇਮ ਨਹੀਂ, ਕਿਉਂਕਿ ਅਫਸਰ ਤੇ ਪੁਲਿਸ ਤੇ ਪੋਲੀਟੀਕਲ, ਜੇ ਪੋਲੀਟੀਕਲ ਮਾਸਟਰ ਤੇ ਪੁਲਿਸ ਨਾਲ ਰਲ ਜੇ ਫਿਰ ਤਾਂ ਹਨੇਰਕਤੀ ਹੋਣੀ ਹੈ। ਪੁਲਿਸ ਨੇ ਆਪਣੇ ਬਿਆਨ, ਐਸ ਐਸ ਪੀ 4 SSPs ਦੇ ਆਪਣੇ ਬਿਆਨ ਹੈ ਕਿ ਜੇਲ੍ਹਾਂ 'ਚ ਗੈਂਗਸਟਰ ਪੂਰੀ ਫਰੋਤੀ ਕਰ ਰਿਹਾ, ਗੈਂਗਸਟਰ ਰਾਜ ਕਰ ਰਿਹਾ ਜੇਲ੍ਹਾਂ 'ਚ। ਆ ਜੇਲ੍ਹਾਂ 'ਚ ਸੁੱਖੀ ਨੇ, ਮੈਂ ਕਹਿੰਦਾ ਸਾਰੇ ਗੈਂਗਸਟਰ ਦਾ ਜਿਹੜਾ ਬੌਸ ਹੈ ਨਾ ਸੁੱਖੀ ਹੈ, ਤੇ ਉਹਨਾਂ ਨੂੰ ਜੇਲ੍ਹਾਂ 'ਚ ਕਿਉਂ ਰੱਖਿਆ? ਕੋਈ ਫੜ ਕੇ ਨਹੀਂ, ਪ੍ਰੋਟੈਕਸ਼ਨ ਉੱਥੇ ਆਰਾਮ ਨਾਲ ਰੱਖਿਆ। ਤੁਸੀਂ ਵੀਡੀਓ ਦੇਖੀ ਹੋਣੀ ਜਨਮ ਦਿਨ ਮਨਾਉਂਦੇ ਦੀ, ਉਹਦੀ ਕੇਕ ਕੱਟੇ ਜਾ ਰਹੇ ਹੈ, ਉੱਥੇ ਸਾਰੇ ਮੋਬਾਈਲ ਫੋਨ ਤੇ ਪੋਸਟਾਂ ਲੱਗ ਰਹੀਆਂ ਕਿ ਜਿਹੜਾ ਸੁਪਰਡੈਂਟ ਹੁੰਦਾ ਰੋਜ਼ ਉਹਨਾਂ ਨੂੰ ਜੋ ਕਹਿੰਦੇ ਆ ਦਿੰਦਾ। ਉੱਥੇ ਪੁਲਿਸ ਨੇ ਜਿਵੇਂ ਘਰੇ ਬਹਿ ਕੇ ਬੰਦਾ ਆਪਣੀ ਮਾਫੀਆ ਰਾਜ ਕਰਦਾ, ਉਵੇਂ ਜੇਲ੍ਹ ਨੂੰ ਆਪਣਾ ਘਰ ਬਣਾਤਾ ਸੁੱਖੀ ਨੇ ਇਹਨਾਂ ਦਾ, ਤੇ ਸ਼ਰੀਆਂ ਇੱਥੇ ਫਰੋਤੀਆਂ ਲਿੱਤੀਆਂ। ਤਾਂ ਮੈਨੂੰ ਲੱਗਦਾ ਕੋਈ ਪੰਜਾਬ ਦਾ ਤਗੜਾ ਬੰਦਾ ਨਹੀਂ ਬੱਚਿਆ ਜਿਹਨੇ ਨਹੀਂ ਪੈਸੇ ਲਿੱਤੇ। ਆ ਹੁਣੀ ਜਿਹੜਾ ਛੋਲੀ ਆਪਣਾ ਐਮ ਐਲ ਏ ਜਿਹੜਾ ਇਲੈਕਸ਼ਨ ਹੋਇਆ ਸੀ 25 ਲੱਖ ਤੋਂ ਉਹਨੂੰ ਦੇਣਾ ਪਿਆ ਜੇਲ੍ਹ ਦੇ ਅੰਦਰ ਪ੍ਰੋਟੈਕਸ਼ਨ ਪਾਜਣ ਵਾਸਤੇ, ਆਈ ਗੈਂਗਸਟਰ ਨੇ ਹੁਣ ਕਿਹਾ 25 ਲੱਖ ਦੇ ਕੇ ਗਏ। ਮੈਂ ਤਾਂ ਆਹੀ ਬੇਨਤੀ ਕਰਦਾ ਆ 2 ਸਾਲ ਔਖੇ ਸੌਖੇ ਟਪਾ ਲਓ, ਇਨਸਾਫ ਤੁਹਾਨੂੰ ਦੋ। ਜੋ ਧੱਕਾ ਕੀਤਾ ਗਿਆ ਇੱਕ ਇੱਕ ਦਾ ਇਨਸਾਫ, ਮੈਂ ਕਹਿੰਦਾ ਸਾਡਾ ਫਰਜ਼ ਆ, ਸਾਡਾ ਧਰਮ ਆ ਤੁਹਾਨੂੰ ਇਨਸਾਫ ਦੇ। ਆ ਸੋਚਦੇ ਕਾਂਗਰਸੀ ਆ ਸੁੱਖੀ ਤੇ ਸਾਰੇ ਸੋਚਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਡਰਾ ਸਕਣਗੇ, ਯਾਰ ਆਹ ਸੂਰਮੇ ਹੈ ਜਿਹੜੇ 5-5, 10-10 ਸਾਲ ਤੱਕ ਜੇਲ੍ਹਾਂ 'ਚ ਕੱਟ ਕੇ ਬਗੈਰ ਕੁਛ ਕੀਤੇ ਜੇਲ੍ਹਾਂ 'ਚ ਕੱਟ ਕੇ ਆਏ ਹੈ ਮੋਰਚਿਆਂ ਦੇ, ਪੰਜਾਬ ਖਾਤਰ, ਗਰੀਬਾਂ ਖਾਤਰ, ਕਿਸਾਨਾਂ ਖਾਤਰ, ਇਹਨਾਂ ਨੂੰ ਜੇਲ੍ਹਾਂ ਡਰਾਉਣੀਆਂ? ਬੋਲੇ ਸੋਨਿਹਾ। ਮੈਂ ਆਹੀ ਬੇਨਤੀ ਕਰਨਾ ਚਾਹੁੰਦਾ ਜਦੋਂ ਆਪਾਂ ਕੋਈ ਰਿਸ਼ਤਾ ਕਰਨ ਨੂੰ ਜਾਂਦੇ ਹਾਂ ਨਾ, ਆਪਾਂ ਪਰਿਵਾਰ ਦਾ ਪਿਛੋਕੜ ਦੇਖਦੇ ਹਾਂ, ਜੇ ਮੱਝ ਲੈਣ ਵੀ ਜਾਂਦੇ ਹਾਂ ਨਾ ਉਹਦਾ ਵੀ ਪਿਛੋਕੜ ਦੇਖਦੇ ਹਾਂ ਕਿ ਦੁੱਧ ਕਿੰਨਾ, ਮਾਂ ਕਿੰਨੀ ਦੁੱਧ, ਦੂਜਾ ਸਾਰਾ ਯਾਰ। ਜੇ ਵੋਟ ਪਾਉਣੇ ਆ ਉਦੋਂ ਵੀ ਪਿਛੋਕੜ ਦੇਖ ਲਿਆ ਕਿ ਕਾਂਗਰਸ ਦਾ ਪਿਛੋਕੜ,
ਆ ਜੇ ਕਾਂਗਰਸ ਪਾਰਟੀ ਹੈ, ਆ ਹੁਣ ਜੇ ਕਾਂਗਰਸ ਪਾਰਟੀ ਹੈ, ਕੈਪਟਨ 2002 ਤੋਂ 2007 ਵੀ ਮੁੱਖ ਮੰਤਰੀ ਸੀ, 2002 ਤੋਂ 2007 ਮੁੱਖ ਮੰਤਰੀ ਸੀ, ਇੱਕ ਨਿਸ਼ਾਨੀ ਤੁਸੀਂ ਦੱਸ ਦਿਓ ਕੈਪਟਨ ਦੀ ਉਦੋਂ ਦੀ, ਉਦੋਂ ਵੀ ਨੀ ਮਿਲਦਾ ਸੀ, ਉਦੋਂ ਵੀ ਕੁਛ ਨੀ ਕਰਦਾ ਸੀ, ਆਪਾਂ ਭੁੱਲ ਬੜੀ ਛੇਤੀ ਜਾਂਦੇ ਹਾਂ। ਮੈਂ ਉਹੀ ਕਹਿਣਾ ਚਾਹੁੰਦਾ, ਡੱਕਾ ਨੀ ਤੋੜਿਆ, ਉਦੋਂ ਟੂਲਾਂ ਦੇ ਬਿੱਲ ਵੀ ਲਏ ਸੀ, ਉਦੋਂ ਝੂਠ ਬੋਲ ਕੇ ਸਾਰਾ ਕੁਛ ਕੀਤਾ ਸੀ, ਫਿਰ ਤੋਂ ਆ ਗਏ ਆਪਾਂ ਬਿੰਨ ਚ ਭੁੱਲ ਗਏ, ਝੂਠੀ ਸਹੁੰ ਖਾਣ ਗਿਆ। ਯਾਰ ਜਿਹੜਾ ਦਰਬਾਰ ਸਾਹਿਬ ਮੱਥਾ ਟੇਕਣ ਨੀ ਜਾਂਦਾ ਉਹਦੇ ਤੇ ਵਿਸ਼ਵਾਸ ਕਿਵੇਂ ਕਰ ਸਕਦੇ? ਤੁਸੀਂ ਦੇਖ ਲਓ ਮੁੱਖ ਮੰਤਰੀ ਜੋ ਵੀ ਪੰਜਾਬ ਦਾ ਬੰਦਾ ਨਾ, ਮੈਂ ਕਹਿੰਦਾ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਜੇ ਕੈਨੇਡਾ ਦਾ ਜਾ ਜਾਂਦੇ, ਸਭ ਤੋਂ ਪਹਿਲੇ ਜੇ ਹਿੰਦੁਸਤਾਨ ਆਏ ਦਰਬਾਰ ਸਾਹਿਬ ਜਾਂਦਾ ਮੱਥਾ ਟੇਕਣ। ਇੱਥੇ ਆਪਣਾ ਮੁੱਖ ਮੰਤਰੀ, ਮੁੱਖ ਮੰਤਰੀ ਬਣ ਗਿਆ, 6 ਮਹੀਨੇ ਗਿਆ ਹੀ ਨਹੀਂ, ਲੋਕਾਂ ਨੇ ਰੌਲਾ ਪਾ ਲਿਆ ਤਾਂ ਗਿਆ। ਹੁਣ ਦੇਖ ਲਓ 3 ਸਾਲ ਹੋ ਗਏ, 3 ਸਾਲ ਚ ਗਿਣ ਲਓ ਕਿੰਨੀ ਵਾਰ ਦਰਬਾਰ ਸਾਹਿਬ ਗਿਆ। ਮੈਂ ਕਹਿੰਦਾ ਚਲੋ ਦਰਬਾਰ ਸਾਹਿਬ ਨੇ ਘਰੇ ਵੀ ਕਿਤੇ ਨੇੜੇ ਤੇੜੇ ਵੀ ਕਰਦੇ ਗੁਰੂ ਕਰਕੇ ਮੱਥਾ ਟੇਕ। ਦੇਖੋ ਹੁਣ ਸਾਢੇ 500 ਸਾਲਾਂ ਦੇ ਸੰਬੰਧ ਵਿੱਚ ਨਗਰ ਕੀਰਤਨ ਜਦੋਂ ਪਾਕਿਸਤਾਨ ਤੋਂ ਆਇਆ ਨਨਕਾਣਾ ਸਾਹਿਬ ਤੋਂ, ਇਹਦਾ ਫਰਜ਼ ਬਣਦਾ ਸੀ ਇੱਥੇ ਰਿਸੀਵ ਕਰਨ ਵਾਸਤੇ। ਸਾਰੇ ਸੂਬੇ ਜਿੱਥੇ ਜਿੱਥੇ ਨਗਰ ਕੀਰਤਨ ਗਏ, ਸਾਰੇ ਸੂਬਿਆਂ ਦੇ ਮੁੱਖ ਮੰਤਰੀ ਆਪ ਉੱਥੇ ਖੜੇ ਹੋਏ ਤੇ ਆਪਣਾ ਮੁੱਖ ਮੰਤਰੀ ਗਏ ਨੇ। ਜਦੋਂ ਮੋਹਾਲੀ ਪਹੁੰਚੇ ਤੇ ਕੋਠੀ ਦੇ ਨੇੜੇ ਗਿਆ ਉਦੋਂ ਵੀ ਨੀ ਆਇਆ, ਪਟਿਆਲੇ ਗਿਆ ਉਦੋਂ ਵੀ ਆਇਆ। ਇਹਨੂੰ ਕੋਈ ਡਰ ਨੀ, ਕੋਈ ਪਰਵਾਹ ਨੀ, ਕੋਈ ਫਿਕਰ ਨੀ, ਇਹਨੇ ਤਾਂ ਠੱਗੀ ਮਾਰਨੀ ਸੀ ਮਾਰ ਲਈ। ਹੁਣ ਤਾਂ ਕਾਂਗਰਸੀ ਜਿਹੜੇ ਆ ਸਾਰੇ ਇੱਕ ਮਨ ਬਣਾਈ ਬੈਠੇ ਆ, ਉਹਨਾਂ ਨੂੰ ਕਾਂਗਰਸੀ ਨੂੰ ਪਤਾ ਕਿ ਪਿਛਲੀ ਵਾਰ ਕੈਪਟਨ ਮੁੱਖ ਮੰਤਰੀ ਬਣਾ ਦਾ, 10 ਸਾਲ ਕਾਂਗਰਸ ਦਾ ਰਾਜ ਰਿਹਾ, ਐਕਟ ਦੀ ਕੈਪਟਨ ਨੇ ਤਾਂ ਪੱਕਾ ਹੀ ਭੋਗ ਪਾ ਦਾ, ਇਸ ਕਰਕੇ ਦੋਨੋਂ ਹੱਥੋਂ ਲੁੱਟ ਲਓ। ਸਾਰੇ ਲੁੱਟਣ ਤੇ ਲੱਗੇ, MLA ਤੋਂ ਲੈ ਕੇ ਥੱਲੇ ਤੋਂ ਲੈ ਕੇ ਇੱਕੋ ਹੀ ਕੰਮ ਨਿਸ਼ਾਨਾ ਲੈ ਕੇ ਥੱਲੇ ਆ, ਕਿਵੇਂ ਨਾ ਕਿਵੇਂ ਕਿੱਥੋਂ ਮਰਜ਼ੀ ਪੈਸਾ ਆਈ ਜਾਏ। ਤਾਂ ਹੀ ਉਹ ਤੁਸੀਂ ਦੇਖੋ ਜਿੰਨੇ ਨਸ਼ਾ ਵਾਲਾ ਕੰਮ ਹੈ, ਵਧੀਆ ਕਾਰਨ ਆਹੀ ਹੈ ਕਿ ਸਾਰੀ ਪੁਲਿਸ ਦੀ ਪ੍ਰੋਟੈਕਸ਼ਨ ਆ ਕਾਂਗਰਸ ਦੇ ਲੀਡਰ ਦੁਆਰੇ ਇਹਨਾਂ ਨੂੰ ਜਿਹੜੇ ਨਸ਼ੇ ਵੇਚਣ ਵਾਲਿਆਂ ਨੂੰ, ਤੇ ਉਹਨਾਂ ਤੋਂ ਮਹੀਨਾ ਲੈਂਦੇ ਆ, ਕਰੋੜਾਂ ਰੁਪਈਏ ਕਮਾਈ ਜਾਂਦੇ ਆ। ਦੇਖੋ ਕੀ ਬੁਰਾ ਹਾਲ ਹੈ, ਜਿਹੜੇ ਆਪਣੀ ਜਵਾਨੀ ਦਾ ਨੀ ਪਰਵਾਹ ਕਰਦੇ, ਜਿਹੜੇ ਆਪਣੇ ਸੂਬੇ ਦਾ ਨੀ ਪਰਵਾਹ ਕਰਦੇ, ਆਪਣੀ ਕੌਮ ਦਾ ਪਰਵਾਹ ਨੀ ਕਰਦੇ, ਅੱਜ ਲੋਕੀ ਦੁਖੀ ਇੰਨੇ ਹੈ। ਤੇ ਖਾਸ ਕਰਕੇ ਮੈਂ ਦੇਖਿਆ ਡੇਰਾ ਬਾਬਾ ਨਾਨਕ ਹਲਕੇ ਦੇ, ਸੁੱਖੀ ਰੰਧਾਵੇ ਦੇ ਹਲਕੇ ਦੇ ਲੋਕੀ ਬਹੁਤ ਜ਼ਿਆਦਾ ਦੁਖੀ। ਮੈਂ ਸੁੱਖੀ ਨੂੰ ਦੱਸਣਾ ਚਾਹੁੰਦਾ, ਐ ਜਾ ਬਾਲਾ, ਐ ਜਾ ਗਰਮ ਬਾਲਾ ਤੇਰੇ ਹਲਕੇ ਚ ਹੈ, 2 ਸਾਲ ਦੇ ਬਾਅਦ ਜਦੋਂ ਵੋਟਾਂ ਆਉਣਗੀਆਂ ਮਚਾ ਦੇਣਗੇ ਤੈਨੂੰ। ਜਿੰਨਾ ਜ਼ੁਲਮ ਸੁੱਖੀ ਨੇ ਕੀਤਾ, ਜਿੰਨੇ ਧੱਕੇ ਕੀਤੇ ਆ, ਸੋਚਦਾ ਪੂਰੀ ਜ਼ਿੰਦਗੀ ਮੈਂ ਰਾਜ ਕਰਨਾ, ਰਾਜ ਕਰਾਉਣ ਵਾਲਾ ਵੀ ਪਰਮਾਤਮਾ ਤੇ ਲਾਉਣ ਵਾਲਾ ਵੀ ਪਰਮਾਤਮਾ। ਤੇ ਇਸ ਕਰਕੇ ਮੈਂ ਪਰਿਵਾਰ ਨੂੰ ਪੂਰਾ ਵਿਸ਼ਵਾਸ ਦਵਾਉਣਾ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਲੜਾਈ ਲੜੇਗਾ, ਅਖੀਰ ਤੱਕ ਲੜੇਗਾ, ਇਨਸਾਫ਼ ਦਿਲਾ ਕੇ ਲੜੇਗਾ, ਕੋਈ ਮਰਜ਼ੀ ਹੋਏ, ਜਿੰਨਾ ਤੱਕ ਜੇਲ੍ਹਾਂ 'ਚ ਨਹੀਂ ਜਾਂਦਾ ਉਹਦੇ ਪੂਰੀ ਲੜਾਈ ਸ਼੍ਰੋਮਣੀ ਅਕਾਲੀ ਲੜੇਗਾ। ਅੱਜ ਤੁਸੀਂ ਸਾਰੇ ਇੱਥੇ ਆਏ ਹੋ, 20 ਦਿਨ ਬੀਤਣ ਤੋਂ ਬਾਅਦ ਵੀ ਕੋਈ ਕਾਤਿਲ ਫੜਿਆ ਨਹੀਂ ਗਿਆ ਦਲਵੀਰ ਸਿੰਘ ਢਿੱਲਵਾਂ ਵਾਲੇ ਕੇਸ 'ਚ, ਔਰ ਉਹਦਾ ਮੁੱਖ ਕਾਰਨ ਇਹ ਹੈ ਕਿ ਜਿੰਨੇ ਵੀ ਇਹ SSP ਜਾਂ SHO ਲਾਉਣ ਵਾਲਾ ਕੌਣ ਹੈ,
ਇਹ ਸੁੱਖੀ ਰੰਧਾਵਾ ਜਾਂ ਇਹ ਵਜ਼ੀਰ ਲਵਾਰੇ। ਸੋ ਜਿਨ੍ਹਾਂ ਨੇ ਇਨਸਾਫ ਦੇਣਾ ਉਹਨਾਂ ਨੂੰ 20 ਦਿਨਾਂ 'ਚ ਹਾਲੇ ਤੱਕ ਇੱਕ ਬੰਦੇ ਨੂੰ ਜਿਹੜਾ ਇਹਨਾਂ ਨੇ ਫੜਿਆ ਉਹ ਫੜਿਆ ਨਹੀਂ, ਉਹ ਪੇਸ਼ ਕੀਤਾ ਗਿਆ, ਪੇਸ਼ ਵੀ ਉਹਨੂੰ ਸੁੱਖੀ ਰੰਧਾਵੇ ਨੇ ਕਰਾਇਆ। ਔਰ ਅਜੀ ਅੱਜ ਵੀ ਕਹਿ ਰਹੇ ਹਾਂ ਕਿ ਜੇ ਤੁਸੀਂ ਕਾਤਿਲ ਫੜਦੇ ਹੈ ਤਾਂ ਤੁਸੀਂ ਸੁੱਖੀ ਰੰਧਾਵੇ ਦੇ ਰੇਡ ਕਰੋ ਘਰ 'ਚ, ਤੁਹਾਨੂੰ ਸਾਰੇ ਕਾਤਿਲ ਲੱਭ ਜਾਣੇ ਆ, ਕਿਉਂਕਿ ਉਹ ਅੰਡਰ ਪ੍ਰੋਟੈਕਸ਼ਨ ਨੇ। ਔਰ ਪੁਲਿਸ ਇਸ ਗੱਲ ਨੂੰ ਸਮਝ ਰਹੀ ਹੈ, ਮਗਰ ਪੁਲਿਸ ਦੇ ਕੋਲ ਇੰਨੀ ਹਿੰਮਤ ਨਹੀਂ ਕਿ ਉਸ ਬੇਟੀ ਨੂੰ, ਨਵਨੀਤ ਕੌਰ ਨੂੰ ਜਾਂ ਉਹਦੇ ਪਰਿਵਾਰ ਨੂੰ ਇਨਸਾਫ ਦਵਾ ਸਕੇ। ਔਰ ਦੋਹਰੇ ਮਾਪਦੰਡ ਤੁਸੀਂ ਵੇਖ ਲਓ, ਵੀਡੀਓ ਬਣੀ, ਬੁੱਧ ਸਿਉਂ ਦੀ ਪੱਗ ਲਾਈ ਗਈ, ਕੋਈ ਪਰਚਾ ਦਰਜ ਨਹੀਂ, ਕੋਈ ਕਾਰਵਾਈ ਨਹੀਂ, ਕਾਰਵਾਈ ਜ਼ੀਰੋ। ਬਟਾਲੇ ਦਾ ਬਲਾਸਟ ਹੋਇਆ, 24 ਬੰਦੇ ਮਰਦੇ ਆ, ਕਾਰਵਾਈ ਜ਼ੀਰੋ। SSP ਉਪਿੰਦਰਜੀਤ ਘੁੰਮਣ, ਜੱਗੂ ਭਗਵਾਨਪੁਰੀਏ ਦੀ ਮਰਡਰ, ਕਾਨੂੰਨ ਤਾਂ ਨਹੀਂ ਨਾ ਕਿਸੇ ਲਈ, ਕਾਨੂੰਨ ਸਭ ਲਈ ਬਰਾਬਰ ਆ। ਉਹਦੀ ਮਾਤਾ ਦਾ ਅਤੇ ਉਹਦੀ ਜੱਗੂ ਦੀ ਘਰ ਦੀ ਦਾ ਆਪਸ 'ਚ ਡਿਸਪਿਊਟ ਸੀ, ਉਹਦਾ ਮਰਡਰ ਹੁੰਦਾ ਪੁਲਿਸ ਦੇ ਧਿਆਨ 'ਚ ਆਉਂਦਾ, ਮਗਰ ਜੇ ਕੋਈ ਹੋਰ ਮਰਡਰ ਕਰਦਾ, ਕੋਈ ਸਧਾਰਨ ਬੰਦਾ, ਆਮ ਬੰਦਾ, ਉਹਨੂੰ ਤਾਂ ਫੜ ਕੇ ਹਾਲੇ ਤਾਂ ਕਤਲ ਕੇਸ 'ਚ ਅੰਦਰ ਦੇ ਦੇਣਾ ਸੀ, ਮਗਰ ਉਸ ਪਰਚੇ ਨੂੰ ਖੁਰਤ ਬੁਰਤ ਕੀਤਾ ਗਿਆ। ਇਹਦਾ ਸਾਫ਼ ਸੰਕੇਤ ਕੀ ਹੈ ਕਿ ਪੁਲਿਸ ਵੀ ਸੁੱਖੀ ਦੇ ਇਸ਼ਾਰੇ 'ਤੇ ਅਤੇ ਜੱਗੂ ਦੇ ਅੱਗੇ ਝੁੱਕ ਜਾਂਦੀ ਹੈ। ਕਾਨੂੰਨ ਗੈਂਗਸਟਰ ਲਈ ਵੱਖਰਾ ਔਰ ਸਧਾਰਨ ਲੋਕਾਂ ਲਈ ਵੱਖਰਾ। ਕੋਈ ਵਜ਼ੀਰ ਕਹੇ ਕਿ ਮੈਨੂੰ ਵਧਾਈ ਦੇ ਫੋਨ ਆਏ ਆ ਜੇਲ੍ਹ 'ਚੋਂ, ਤੁਹਾਡੇ 'ਚੋਂ ਕੋਈ ਕਹਿ ਕੇ ਵੇਖੇ ਸਵੇਰੇ ਪੁਲਿਸ ਫੜ ਕੇ ਲੈ ਜੂ, ਕਿਹਦਾ ਤੈਨੂੰ ਫੋਨ ਹੈ, ਮਗਰ ਇਹਦੀ ਪੁੱਛ ਗਿੱਛ ਕੋਈ ਨਹੀਂ। ਇਸ ਲਈ ਲੋਕ ਅੱਜ ਸਵਾਲ ਕਰ ਰਹੇ ਆ ਕਿ ਜੇ ਤੈਨੂੰ ਜੱਗੂ ਦੀ ਵਾਈਫ ਦੇ ਮਰਡਰ ਦਾ ਕੇਸ ਦਾ ਪਤਾ ਹੈ, ਅੱਜ ਤੱਕ ਇਸ SSP ਸਾਹਿਬ ਨੇ ਕੀ ਕੀਤਾ? ਕੱਖ ਨਹੀਂ। ਔਰ ਅੱਜ ਵੀ ਇਹਨਾਂ ਨੇ ਕੱਖ ਨਹੀਂ ਕਰਨਾ, ਇਸ ਲਈ ਅਸੀਂ ਹਾਈ ਕੋਰਟ 'ਚ ਜਾ ਕੇ CBI ਦੀ ਇਨਕੁਆਇਰੀ ਦੀ ਮੰਗ ਰੱਖਾਂਗੇ। ਨਹੀਂ, ਸਾਨੂੰ ਪੂਰੀ ਆਸ ਹੈ ਕਿ ਇਹ ਇਨਕੁਆਇਰੀ ਮਾਰ ਖਾਊਗੀ। ਜੇ ਸਾਨੂੰ ਲੱਗਿਆ ਕਿ ਕੋਈ ਕਮੀ ਪੇਸ਼ੀ ਰਹਿ ਗਈ, ਅਸੀਂ ਅੱਜ ਫੈਸਲਾ ਬਣਾ ਲਿਆ ਕਿ SIT ਬਣੂਗੀ। ਸਰਕਾਰ ਜਬ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਬਣਨੀ ਹੈ, ਫਿਰ ਇਹ ਸਾਰਿਆਂ ਦੇ ਕਾਰਨਾਮੇ, 2.5 ਸਾਲ 'ਚ ਜਿੰਨੀਆਂ ਫਰੋਤੀਆਂ ਦੇ ਕੇਸ, ਮਰਡਰ ਦੇ ਕੇਸ, ਬੇਇਨਸਾਫੀ ਦੇ ਕੇਸ, ਭਾਵੇਂ ਉਹ ਇਹ ਗੈਂਗਸਟਰ ਦੀ ਵਾਈਫ ਦਾ ਮਰਡਰ ਦਾ ਕੇਸ ਔਰ ਪੁਲਿਸ ਨੇ ਕਿਵੇਂ ਕਵਰ ਅਪ ਕੀਤਾ, ਇਹਦੀ ਸਭ ਦੀ ਜਾਂਚ ਹੋਊਗੀ। ਔਰ ਮੈਂ ਅੱਜ ਹੀ ਇੱਥੇ ਆਉਂਦੇ ਹੋਏ ਬੀਬੀ ਮਾਨੋਕੇ ਜੀ ਨਾਲ, ਜਿਹੜੇ MLA ਨੇ ਜਗਰਾਓ, ਜਿਹੜਾ ਉਹਨਾਂ ਨਾਲ ਸ਼ਰੇਆਮ ਉਹਨਾਂ ਨੂੰ ਰੋਕ ਕੇ ਉਹਨਾਂ ਨੂੰ ਗੱਡੀ ਭਜਾ ਕੇ ਥਾਣੇ 'ਚ ਵਾੜਨੀ ਪਈ, ਮਗਰ ਇਹ ਹਾਲਾਤ ਲਾਅ ਐਂਡ ਆਰਡਰ ਦੇ ਬਣ ਗਏ ਕਿ ਇੱਕ ਲੇਡੀ ਨੂੰ, ਸਾਡੀ ਭੈਣ ਨੂੰ, ਸਾਡੀ ਮਾਂ ਵੀ ਲੱਗਦੀ ਹੈ, ਸਾਡੀ ਭੈਣ ਵੀ ਲੱਗਦੀ ਹੈ, ਉਹਦੇ ਨਾਲ ਕਿੱਡੀ ਵੱਡੀ ਬੇਇਨਸਾਫੀ। ਔਰ ਉਹ ਕਹਿੰਦੇ ਰਹੇ ਉਹਨਾਂ ਦਾ ਗਨਮੈਨ ਉਹਨਾਂ ਨੂੰ ਕਿ MLA ਸਾਹਿਬਾ ਕਹਿੰਦੀ ਹੋਣਗੇ, ਉਹਨੂੰ ਇਸ ਤਰੀਕੇ ਨਾਲ ਥਰੈਟਨ ਕਰਨਾ, ਇਹ ਸਾਫ਼ ਸ਼ੋਅ ਕਰਦਾ ਕਿ ਪੁਲਿਸ ਅਸਲ 'ਚ ਥਾਣੇ ਤਾਂ ਕਾਂਗਰਸੀ ਲੀਡਰਾਂ ਨੂੰ ਵੇਚਦੇ ਗਏ ਆ, ਜਾਂ ਥਾਣੇ 'ਚ ਕਾਂਗਰਸੀ ਲੀਡਰ ਬਣੇ, ਇਸ ਲਈ ਇਨਸਾਫ਼ ਨਹੀਂ ਮਿਲ ਰਿਹਾ। ਔਰ ਇਕੱਲੀ ਇਹ ਕੇਸ ਨਹੀਂ ਹੋਇਆ, ਥੋੜ੍ਹੇ ਦਿਨ ਪਹਿਲਾਂ ਇੱਕ ਜਲਾਲਪੁਰ MLA ਦੀ ਵੀਡੀਓ ਨਿਕਲੀ ਸੀ ਕਿ ਚੱਕ ਲਓ ਸਾਰੀਆਂ ਲੇਡੀਜ਼ ਨੂੰ, ਚੱਕ ਲਿਓ। ਅੱਜ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਇੱਕ ਲੇਡੀ ਦੀ ਉਹਨਾਂ 'ਚੋਂ ਡੈਥ ਹੋ ਗਈ ਆ, ਅਤੇ ਉਸ ਡੈਥ ਵਾਸਤੇ ਤੁਸੀਂ ਜਲਾਲਪੁਰੇ ਨੂੰ ਕਿਉਂ ਨਹੀਂ ਬੁੱਕ ਕਰ ਰਹੇ? ਅੱਜ ਜਿੱਥੇ ਪਹਿਲਾਂ ਉਸ ਪਰਿਵਾਰ 'ਚ ਉਹਨਾਂ ਦੇ ਡੰਗਰ ਮਰੇ, ਕਿਉਂਕਿ ਸਾਰੇ ਬੰਦਿਆਂ 'ਤੇ ਪਰਚਾ ਦੇ ਦਿੱਤਾ ਸੀ, ਲੇਡੀਜ਼ ਨੂੰ ਕੋਈ ਉੱਥੇ ਜਾਣ ਹੀ ਨਹੀਂ ਦੇ ਰਿਹਾ ਸੀ। ਇੱਕ ਵਿਚਾਰੀ ਬੀਬੀ ਬਿਮਾਰ ਸੀ, ਉਹਨੂੰ ਕੋਈ ਦਵਾਈ ਬੂਟੀ ਨਹੀਂ ਲੈਣ ਦਿੱਤੀ, ਉਹ ਬਿਮਾਰ ਅਖੀਰ 'ਚ ਉਹਦੀ ਡੈਥ ਹੋ ਗਈ, ਅਤੇ ਕੀ ਇਹਦੇ ਲਈ ਜਲਾਲਪੁਰਾ ਜ਼ਿੰਮੇਵਾਰ ਨਹੀਂ? ਇਸੇ ਤਰ੍ਹਾਂ ਉਹ ਜਿਹੜੀ ਬੱਚੀ ਦੇ ਸਾਹਮਣੇ ਉਸ ਟੀਚਰ ਦਾ, ਆਪਦੀ ਮਾਤਾ ਦਾ, ਉਹਦੀ ਮਾਤਾ ਦਾ ਖਰੜ 'ਚ ਕਤਲ ਕਰਤਾ ਗਿਆ, ਜ਼ੀਰੋ ਇਨਸਾਫ। ਨੇਹਾ ਸ਼ੋਰੀ ਜੀ ਜਿਹੜੇ ਡਰੱਗ ਇੰਸਪੈਕਟਰ ਸਨ, ਉਹਨਾਂ ਦਾ ਬਰਾਡ ਡੇ ਲਾਈਟ 'ਚ ਕਤਲ ਕਰਤਾ ਗਿਆ, ਅੱਜ ਤੱਕ ਕੋਈ ਇਨਸਾਫ ਨਹੀਂ।
SIT ਤੇ SIT ਬਣਾ ਦਿੰਦੇ ਇਹ, ਮਗਰ ਉਹਦਾ ਰਿਜ਼ਲਟ ਜ਼ੀਰੋ, ਕਿਉਂਕਿ ਕਵਰ ਅਪ ਕਰਨ ਤੇ ਪੁਲਿਸ ਲੱਗ ਪਈ। ਜਿੱਥੇ ਉਹ ਧਰਮਕੋਟ ਦੇ MLA ਸਾਹਿਬ ਨੇ ਉਹਨਾਂ ਦੀ ਗੱਡੀ ਨੂੰ, ਉਹਨਾਂ ਨੂੰ ਕਿਵੇਂ ਭਜਾਉਣਾ ਪਿਆ, ਉਹ ਗੱਡੀ ਭਜਾਉਣ ਦਾ ਕਾਰਨ ਕੀ ਬਣਿਆ? ਭਾਵੇਂ ਉਹ ਕਾਰਨ ਇਹ ਬਣਿਆ ਕਿ ਉਹ ਜਿਹੜੇ ਗਰੀਬ ਸਨ, ਜਿਹੜੇ ਦਾ ਬੱਚਾ DJ ਦਾ ਕੰਮ ਕਰਦਾ ਸੀ, ਉਹਨੂੰ ਇਨਸਾਫ ਨਹੀਂ ਮਿਲ ਰਿਹਾ ਸੀ। ਔਰ ਜਦੋਂ ਉਹਨੂੰ ਇਨਸਾਫ ਨਹੀਂ ਮਿਲਿਆ, ਉਹਨਾਂ ਨਾਲ ਹਮਦਰਦੀ ਨਹੀਂ ਹੋਈ, ਕਿਸੇ ਨੇ ਉਹਨਾਂ ਨੂੰ ਪੁੱਛਿਆ ਨਹੀਂ, ਮੁੜ ਕੇ ਉਹਨਾਂ ਨੂੰ ਦਬਾਇਆ ਜਾ ਰਿਹਾ। ਔਰ ਅੱਜ ਵੀ ਉੱਥੇ ਇਨਸਾਫ ਵੇਖ ਲਓ ਕਿਵੇਂ ਹੈ, 80 ਬੰਦਿਆਂ 'ਤੇ ਪਰਚਾ ਦੇ ਦਿੱਤਾ ਇੱਕ ਪਾਸੇ, ਔਰ ਉਹਨਾਂ 'ਚ 5-6 ਫੜ ਵੀ ਲਏ ਆ, ਅਤੇ ਜਿਨ੍ਹਾਂ ਨੇ ਉਹ ਨਿਆਣੇ ਨੂੰ ਮਾਰਿਆ ਉਹ ਤੱਕ ਹਾਲੇ ਤਾਂ ਕੁਛ ਨਹੀਂ ਹੋਇਆ। ਜਦ ਬੇਇਨਸਾਫੀ ਥਾਣਿਆਂ 'ਚ ਹੁੰਦੀ, ਲੋਕ ਥਾਣੇ ਜਾਂਦੇ ਇਨਸਾਫ ਖਾਤਰ, ਜਦੋਂ ਇਨਸਾਫ ਨਾ ਮਿਲੇ ਫਿਰ ਲੋਕ ਧਰਨਾ ਦਿੰਦੇ ਆ। ਧਰਨੇ ਵੇਲੇ ਵੀ ਉਹਨਾਂ ਨਾਲ ਧੱਕੇਸ਼ਾਹੀ ਹੋਵੇ, ਫਿਰ ਇਸ ਤਰ੍ਹਾਂ MLA ਨੂੰ ਆਪਦੀ ਜਾਨ ਛਡਾ ਕੇ ਭੱਜਣਾ ਪੈਂਦਾ, ਇਹ ਹਾਲਾਤ ਕਿਉਂ ਬਣੇ? ਦੇਖੋ, ਡਾਕਟਰ ਮਨਮੋਹਨ ਸਿੰਘ ਜੀ ਦੇਰ ਆਏ ਦਰੁਸਤ ਆਏ, ਉਹਨਾਂ ਨੇ ਰਾਜੀਵ ਗਾਂਧੀ ਦੇ ਰੋਲ ਨੂੰ ਸਪਸ਼ਟ ਕਰਤਾ ਕਿ ਜੇ ਦੇਸ਼ ਦੀ ਰਾਜਧਾਨੀ ਦਿੱਲੀ 'ਚ 3000 ਤੋਂ ਵੀ ਵੱਧ ਗੁਰੂ ਦੇ ਸਿੱਖਾਂ ਦਾ ਕਤਲੇਆਮ ਹੋਇਆ, ਔਰ ਉਸ ਬਾਰੇ ਉਦੋਂ ਦੇ ਹੋਮ ਮਿਨਿਸਟਰ IK ਗੁਜਰਾਲ ਸਾਹਿਬ ਨੂੰ ਮਨਮੋਹਨ ਸਿੰਘ ਜੀ ਸਾਰੇ ਆਪ ਦੱਸਣ ਗਏ, ਮਗਰ ਫਿਰ ਵੀ ਆਰਮੀ ਨਹੀਂ ਭੇਜੀ ਗਈ। ਤੁਸੀਂ ਤਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਕਿ ਆਰਮੀ ਨੂੰ ਕੌਣ ਰੋਕ ਸਕਦਾ ਸੀ? ਉਹ ਕੇਵਲ ਅਤੇ ਕੇਵਲ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਰੋਕ ਸਕਦਾ ਸੀ, ਜਿਹਨੇ ਬਿਆਨ ਵੀ ਦਿੱਤਾ ਕਿ ਵੱਡਾ ਦਰੱਖਤ ਡਿੱਗਦਾ, ਧਰਤੀ ਹਿੱਲਦੀ ਆ। ਉਸ ਨੂੰ ਵੀ ਅੱਜ ਪ੍ਰੋਟੈਕਟ ਕਰਨ ਦੀ ਕੁਝ ਕਾਂਗਰਸ ਦੇ ਵਜ਼ੀਰ ਕੋਸ਼ਿਸ਼ ਕਰ ਰਹੇ, ਰੰਧਾਵਾ ਵਰਗੇ ਉਹਦੇ ਹੱਕ 'ਚ ਵੀ ਬਿਆਨ ਦੇ ਰਹੇ। ਸਾਰੇ ਭਾਰਤ ਰਤਨ ਜੀ, ਇੰਦਰਾ ਗਾਂਧੀ, ਰਾਜੀਵ ਗਾਂਧੀ ਦੇ ਨਾਂ 'ਤੇ ਕੋਈ ਇੰਸਟੀਟਿਊਟ ਹੋਵੇ, ਕੋਈ ਸਕੀਮ ਹੋਵੇ, ਕੋਈ ਸੜਕ ਹੋਵੇ, ਕੋਈ ਹਸਪਤਾਲ ਹੋਵੇ, ਔਰ ਭਾਰਤ ਰਤਨ ਇਹਨਾਂ ਤੋਂ ਵਾਪਸ ਲੈਣਾ ਜਾਣਾ ਚਾਹੀਦਾ, ਜਿਨ੍ਹਾਂ ਦੇ ਹੱਥਾਂ 'ਚ 3500 ਤੋਂ ਵੀ ਵੱਧ ਗੁਰੂ ਦੇ ਸਿੱਖਾਂ ਦੇ ਹੱਥ ਖੂਨ ਨਾਲ ਉਹਨਾਂ ਦੇ ਰੰਗੇ ਹੋਇਆ। ਇਹਨਾਂ ਨੂੰ ਅਹੁਦੇ ਦੇਣ ਦਾ ਮਤਲਬ ਹੀ ਕੀ ਹੈ? ਇਹਨਾਂ ਦੇ ਨਾਂ 'ਤੇ ਸਕੀਮ ਚਲਾਉਣ ਦਾ ਮਤਲਬ ਹੀ ਕੋਈ ਨਹੀਂ ਰਹਿ ਗਿਆ। ਜਿਹੜਾ ਦੋਗਲੇ ਮਾਪਦੰਡ ਨੇ ਕਾਂਗਰਸ ਪਾਰਟੀ ਦੇ, ਬਿੱਟੂ ਕਿਹੜੀ ਪਾਰਟੀ ਨਾਲ ਸੰਬੰਧਿਤ ਹੈ? ਕਾਂਗਰਸ ਪਾਰਟੀ ਨਾਲ। ਔਰ ਕਾਂਗਰਸ ਪਾਰਟੀ ਦਾ ਰਾਜੋਆਣੇ ਦਾ ਸਾਹਿਬ ਦਾ ਵਿਰੋਧ ਕਰਨਾ ਅਤੇ ਸਾਫ ਉਹਨਾਂ ਗੱਲਾਂ ਦਾ ਵਿਰੋਧ ਹੈ ਕਿ ਪੁਲਿਸ ਵਾਲਿਆਂ ਨੂੰ ਤਾਂ ਕਹਿੰਦੇ ਮਾਫ਼ ਕਰ ਦਿਓ, ਜਿਨ੍ਹਾਂ ਨੇ ਵਰਦੀ ਪਾ ਕੇ ਬੇਰਹਿਮੀ ਨਾਲ ਕਤਲ ਕੀਤੇ ਔਰ ਪਰਿਵਾਰਾਂ ਨੇ ਉਹਨਾਂ ਦੇ ਖਿਲਾਫ਼ ਲੜਾਈ ਲੜੀ ਹੋਵੇ, 1.5 ਸਾਲ ਸਜ਼ਾ ਨਹੀਂ ਕੀਤੀ, ਅਤੇ ਜਿਨ੍ਹਾਂ ਨੇ 25 ਸਾਲ ਸਜ਼ਾ ਕੱਟ ਲਈ ਉਹਨਾਂ ਨੂੰ ਕਹਿੰਦੇ ਅੰਦਰ ਦੇ ਦਿਓ। ਇਹ ਕਾਂਗਰਸ ਦਾ ਚਿਹਰਾ ਨੰਗਾ ਹੋ ਰਿਹਾ, ਇਸ ਲਈ ਇਹਦੇ 'ਚ ਸਪਸ਼ਟ ਗੱਲ ਹੈ ਕਿ ਕਾਂਗਰਸ ਦੇ ਦੋਗਲੇ ਚ ਲਾਅ ਐਂਡ ਆਰਡਰ ਸਥਿਤੀ ਬਿਲਕੁਲ ਬਦਤਰ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੀ ਆ। ਅੱਜ ਹਰ ਇੱਕ ਵਰਗ ਨੂੰ ਇਨਸਾਫ ਲੈਣ ਦੇ ਲਈ ਸੜਕਾਂ ਦੇ ਉਤਰਨਾ ਪੈ ਰਿਹਾ ਵਾ, ਕਿਤੇ ਵੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦਰੁਸਤ ਤਰੀਕੇ ਦੇ ਨਾਲ ਚਲਾਇਆ ਨਹੀਂ ਜਾ ਰਿਹਾ। ਪੰਜਾਬ ਦੇ ਵਿੱਚ ਲੋਕਾਂ ਦਾ ਰਾਜ ਨਹੀਂ ਆ, ਪੰਜਾਬ ਦੇ ਵਿੱਚ ਇਸ ਟਾਈਮ ਅਫਸਰਸ਼ਾਹੀ ਦਾ ਰਾਜ ਜਿਹੜਾ ਵਾ ਪੈਦਾ ਹੋ ਚੁੱਕਿਆ। ਗੈਂਗਸਟਰ ਜਿਹੜੇ ਆ ਐਡੀ ਐਡੀ ਵੱਡੇ ਲੈਵਲ ਦੇ ਜਿਹੜਾ ਵਾ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਜਿਹੜਾ ਆਪਣੇ ਜੇਲ੍ਹ ਦੇ ਵਿੱਚੋਂ ਅੰਜਾਮ ਦੇ ਰਹੇ ਆ, ਅਤੇ ਕਿਤੇ ਵੀ ਜਿਹੜੀ ਆ ਸਰਕਾਰ ਇਹਨਾਂ ਮੁੱਦਿਆਂ ਦੇ ਉੱਤੇ ਗੰਭੀਰਤਾ ਦੇ ਨਾਲ ਕੋਈ ਕਾਰਵਾਈ ਕਰਦੀ ਨਜ਼ਰ ਨਹੀਂ ਆ ਰਹੀ ਸਾਨੂੰ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਅਤੇ ਸਾਬਕਾ ਮੰਤਰੀ ਆ ਵਿਕਰਮ ਸਿੰਘ ਮਜੀਠੀਆ ਜਿਹਦੇ ਜਿਹਦਾ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਇੱਥੇ SSP ਦਫ਼ਤਰ ਬਟਾਲਾ ਦਾ ਜਿਹੜਾ ਘਿਰਾਓ ਕੀਤਾ ਜਾ ਰਿਹਾ, ਇਸ ਕਰਕੇ ਕੀਤਾ ਜਾ ਰਿਹਾ ਕਿ ਅਜੇ ਤੱਕ ਜਿਹੜੇ ਆ ਦੋਸ਼ੀ ਜਿਹੜੇ ਆ ਉਹ ਬਾਹਰ ਫਿਰ ਰਹੇ ਆ। 2-4 ਜਿਹੜੇ ਬੰਦੇ ਇਹਨਾਂ ਨੇ ਅਰੈਸਟ ਕੀਤੇ ਆ ਉਹ ਵੀ ਖਾਨਾ ਪੂਰਤੀ ਕਰਨ ਦੇ ਲਈ, ਪਰ ਅਸੀਂ ਮੰਗ ਕਰਦੇ ਹਾਂ ਕਿ ਸਾਰੇ ਦੇ ਸਾਰੇ ਦੋਸ਼ੀ ਜਲਦ ਤੋਂ ਜਲਦ ਪੁਲਿਸ ਗ੍ਰਿਫਤਾਰ ਕਰੇ ਤਾਂ ਜੋ ਪੀੜਤ ਦਲਬੀਰ ਸਿੰਘ ਢਿਲਵਾਂ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ।
ਵਿਵਸਥਾ ਬਿਲਕੁਲ ਭੰਗ ਹੋ ਚੁੱਕੀ ਆ। ਬਿਲਕੁਲ ਜੀ, ਕਾਨੂੰਨ ਵਿਵਸਥਾ ਤੇ ਨਜ਼ਰ ਹੀ ਨਹੀਂ ਆ ਰਹੀ। ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਸਰਬਜੀਤ ਕੌਰ ਮਾਨੂਕੇ ਉਹਨਾਂ ਦੇ ਤੇ ਅੱਜ ਰਾਤੀ ਜਿਹੜਾ ਹਮਲਾ ਹੋਇਆ, ਸਵੇਰੇ ਹੋਰ ਵੀ ਕਈ ਚੰਗਾਲੀ ਵਾਲਾ ਕਾਰਡ ਦੇਖ ਲਓ, ਹੋਰ ਵੀ ਕਈ ਤਰੀਕੇ ਦੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇਖ ਲਓ ਜਿਹਦੇ 'ਚ ਲੋ ਐਂਡ ਆਰਡਰ ਸਾਨੂੰ ਨਜ਼ਰ ਨਹੀਂ ਆ ਰਿਹਾ। ਬਲਕਿ ਜਿਹੜੇ ਅਪਰਾਧੀਆਂ ਦੇ ਹੌਂਸਲੇ ਇੰਨੇ ਜ਼ਿਆਦਾ ਜਿਹੜੇ ਆ ਵੱਡੇ ਲੈਵਲ 'ਤੇ ਬੜੇ ਹੋਏ ਆ ਕਿ ਉਹ ਅਪਰਾਧ ਨੂੰ ਅੰਜਾਮ ਦੇਣ ਲੱਗੇ ਆ। ਕਿਸੇ ਵੀ ਸਰਕਾਰ ਦਾ ਖਤਰਾ ਆਪਣੇ ਮਨਾਂ ਦੇ ਵਿੱਚ ਨਹੀਂ ਦੇਖਦੇ, ਨਾ ਹੀ ਪੁਲਿਸ ਪ੍ਰਸ਼ਾਸਨ ਦਾ ਉਹਨਾਂ ਦੇ ਮਨਾਂ ਦੇ ਵਿੱਚ ਖਤਰਾ ਆ। ਇਸ ਕਰਕੇ ਅਸੀਂ ਪ੍ਰਧਾਨ ਮੰਤਰੀ ਕੋਲੋਂ ਮੰਗ ਕਰਦੇ ਹਾਂ ਕਿ ਇਸ ਸਰਕਾਰ ਨੂੰ ਬਿਲਕੁਲ ਬਰਖਾਸਤ ਕਰਕੇ ਇਸ 'ਤੇ ਰਾਸ਼ਟਰਪਤੀ ਰਾਜ ਜਿਹੜਾ ਲਗਾ ਦਿੱਤਾ ਜਾਵੇ। ਧਰਨੇ ਦੀ ਤਾਂ ਤੁਸੀਂ ਵੀ ਉੱਥੇ ਹੀ ਸੀ, ਸੁਣ ਲਿਆ ਸਾਰਿਆਂ ਨੇ। ਵਾਕਈ ਦੋਸ਼ੀਆਂ ਦੇ ਨਾਂ ਫੜਨ ਕਰਕੇ ਤਾਂ ਹੋਰ ਵੀ ਇਹਨਾਂ ਦੇ ਕੋਈ ਮੁੱਦੇ ਸੀ, ਪਰ ਜਿਹੜੀ ਗੱਲ ਰਹਿ ਗਈ ਦੋਸ਼ੀਆਂ ਦੇ ਨਾਂ ਫੜਨ ਵਾਲੀ, ਅਸੀਂ ਬਹੁਤ ਵਧੀਆ ਤਰੀਕੇ ਨਾਲ ਤਫਤੀਸ਼ ਵੀ ਕਰ ਰਹੇ ਹਾਂ ਅਤੇ ਅਸੀਂ ਦੋਸ਼ੀਆਂ ਦੇ ਮਗਰ ਵੀ ਬਹੁਤ ਜਿਹੜੇ ਸਾਡੇ ਟਰੈਕ ਨੇ, ਅਸੀਂ ਵੱਖ ਵੱਖ ਟਰੈਕ ਦੇ ਰਾਹੀਂ ਅਸੀਂ ਉਹਨਾਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਕਿਉਂਕਿ ਬਹੁਤ ਜ਼ਿਆਦਾ ਸਾਡੇ ਵੱਲੋਂ ਜਿਹੜੇ ਕਿ ਰੇਡਸ ਵਗੈਰਾ, ਰਿਸ਼ਤੇਦਾਰਾਂ ਦੇ ਰੇਟ, ਉਹਨਾਂ ਦੇ ਪਿੱਛਾ ਕਰਨਾ, ਉਹਨਾਂ ਦੇ ਸਾਰੇ ਪ੍ਰੈਸ਼ਰ ਪੈਣ ਦੇ ਨਾਲ ਉਹਨਾਂ ਦੇ ਜਿਹੜੇ ਦੋਸ਼ੀ ਨੇ ਥੋੜ੍ਹੇ ਜਿਹੇ ਗਾਂਹ ਪਿਛਾਂ ਹੋ ਗਏ ਨੇ। ਅਸੀਂ ਪੂਰੀ ਆਪਣੀ ਕੋਸ਼ਿਸ਼ ਕਰ ਰਹੇ, ਮੇ ਬੀ ਜਲਦੀ ਤੋਂ ਜਲਦੀ ਸਾਨੂੰ ਕੁਛ ਪੁਆਇੰਟ ਮਿਲੇ ਨੇ, ਅਸੀਂ ਜਲਦੀ ਉਹਨੂੰ ਗ੍ਰਿਫਤਾਰ ਕਰ ਲਿਆ। ਜਾਂਚ ਨਹੀਂ ਚੱਲਦੀ, ਜਾਂਚ ਤਾਂ ਹੋਊਗੀ ਪੂਰੀ, ਤਫਤੀਸ਼ ਨੂੰ ਤਾਂ ਕਹਿੰਦੇ ਨਾ, ਤਫਤੀਸ਼ ਤਾਂ ਚੱਲਦੀ ਰਹਿਣੀ ਜਦ ਤੱਕ ਬੰਦੇ ਨਹੀਂ ਫੜੇ ਜਾਂਦੇ। ਤਫਤੀਸ਼ ਦੇ ਵਿੱਚ ਜਿਹੜੀ ਆਮ ਕਹਿੰਦੇ ਨੇ ਜੀ ਇਹ ਕਤਲ ਕਿਉਂ ਹੋਇਆ, ਉਹ ਸਾਰੀਆਂ ਗੱਲਾਂ ਜਦੋਂ ਮੁਲਜ਼ਮ ਫੜੇ ਜਾਣਗੇ, ਜਿਹੜਾ ਮੇਨ ਆ ਉਹਨਾਂ ਦਾ ਪਰਿਵਾਰਕ 3 ਮੈਂਬਰ ਨੇ, ਜਦੋਂ ਉਹ ਗ੍ਰਿਫਤਾਰ ਹੋਣਗੇ ਉਦੋਂ ਬਾਅਦ ਸਾਰਾ ਮੋਟਿਵ ਕਲੀਅਰ ਹੋ ਜਾਣਾ, ਸਾਰੀ ਗੱਲ ਸਾਹਮਣੇ ਆ ਜਾਣੀ। ਅਸੀਂ ਕੱਲ੍ਹ ਜਿਹੜੇ 2 ਬੰਦੇ ਫੜੇ ਨੇ, ਅੰਮ੍ਰਿਤ ਅਤੇ ਲਖਵਿੰਦਰ ਵੀ ਫੜਿਆ, ਜਿਹਦੇ ਕੋਲ ਉਹ ਪਿਸਤੌਲ ਰੱਖ ਕੇ ਗਏ ਨੇ ਜਿਹਦੇ ਨਾਲ ਉਹਨਾਂ ਮਾਰਿਆ ਉਹਨੂੰ ਦਲਵੀਰ ਸਿੰਘ ਨੂੰ, ਅਤੇ ਉਹ ਵੀ ਅਸੀਂ ਕੱਲ੍ਹ ਰਿਕਵਰ ਕਰ ਲਿਆ, ਅਤੇ ਉਸ ਤੋਂ ਬਾਅਦ ਸਾਡੀ ਬਾਕੀ ਵੀ ਅਸੀਂ ਜਲਦੀ ਫੜ ਲਾਂਗੇ। ਕੋਈ ਸੱਚਾਈ ਨਹੀਂ ਜਿਹੜੀ ਪੋਲੀਟੀਕਲ ਮਰਡਰ ਵਾਲੀ, ਪੋਲੀਟੀਕਲ ਪ੍ਰੈਸ਼ਰ ਸਾਡੇ 'ਤੇ ਬਿਲਕੁਲ, ਸਾਡੇ 'ਤੇ ਕੋਈ ਪ੍ਰੈਸ਼ਰ ਨਹੀਂ ਹੈਗਾ, ਨਾ ਪੋਲੀਟੀਕਲ ਦਾ ਪ੍ਰੈਸ਼ਰ, ਨਾ ਹੀ ਅਸੀਂ ਪੋਲੀਟੀਕਲ ਸਾਡੇ 'ਤੇ ਕਿਸੇ ਨੇ ਸਾਨੂੰ ਕਿਹਾ ਅੱਜ ਤੱਕ। ਅਸੀਂ ਪ੍ਰੋਪਰ ਉਸੇ ਤਰ੍ਹਾਂ ਹੀ ਮਗਰ ਲੱਗੇ ਨੇ ਸਟਾਰਟਿੰਗ ਤੋਂ, ਜਿਸ ਦਿਨ ਮਰਡਰ ਹੋਇਆ ਜੋ ਸਾਡੀ ਪੋਲਿਸੀ ਸੀ ਉਸ ਦਿਨ ਤੋਂ ਹੀ ਅਸੀਂ ਇਹਨਾਂ ਦੇ ਮਗਰ ਪਏ ਹੋਏ ਨੇ। ਅਸੀਂ ਹਰੇਕ ਤਰ੍ਹਾਂ ਦੀ ਜਿਹੜੀ ਉਹਨਾਂ ਦੇ ਪਿੱਛਾ ਕਰਨ ਵਾਸਤੇ ਅਸੀਂ ਬਹੁਤ ਹੱਥ ਕੰਡੇ ਜਿਹੜੇ ਅਪਣਾ ਰਹੇ ਪੂਰੇ, ਸਾਡੇ ਵੱਲੋਂ ਕੋਈ ਢਿੱਲ ਨਹੀਂ ਉਹਨੂੰ ਨਾ ਫੜਨ 'ਚ, ਅਸੀਂ ਪੂਰਾ ਜ਼ੋਰ ਲਾਇਆ ਹੋਇਆ, ਅਸੀਂ ਜਲਦੀ ਜਲਦੀ ਗ੍ਰਿਫਤਾਰ ਵੀ ਕਰਾਂਗੇ, ਅੰਦਰ ਵੀ ਦੇਵਾਂਗੇ ਇਹਨਾਂ ਨੂੰ। ਇਹਦੇ 'ਚ ਕੋਈ ਜਿਹੜੀ ਹੈਗੀ ਮਰਡਰ ਜਿਹੜੀ ਕੇਸ ਹੈ ਉਹ ਪ੍ਰੋਪਰ ਇੱਦਾਂ ਹੀ ਚੱਲੂਗਾ, ਸਜ਼ਾ ਵੀ ਕਰਾਵਾਂਗੇ ਇਹਨਾਂ। ਇੰਡੀਆ ਕ੍ਰਾਈਮ ਨਿਊਜ਼, ਜੁਰਮ ਕੇ